अपना पंजाब मीडिया देशों विदेशों विच वास्ते पंजाबियों दे लई आपा नाम दा पोर्टल लेके आया है जिस ते तुसी फ्री मेंबर बन सकते हो अते देशों विदेशों दे विच बैठे पंजाबी भाईचारे की हर खबर तो जाणू हो सकते हो। इस दे नाल ही इस प्लेटफॉर्म ते सोशल सर्विस भी की जाती है ते इस नूं भरमा हुंगारा दिओ अते असीं बेनती करदे हां कि साडे वध तों वध मेंबर बनो क्योंकि इस ते मेंबर तुहानूं बिल्कुल ही फ्री बनाया जाएगा। अपना पंजाब अलायंस दी लॉगिन करो www.apnapunjaballiance.com ते। ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ ਐਨਆਰਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਮੁੱਖ ਖਬਰਾਂ ਤੇ ਇੱਕ ਨਜ਼ਰ। ਸਿੱਟ ਵੱਲੋਂ ਪੇਸ਼ ਕੀਤੇ ਗਏ ਸਬੂਤ ਗਲਤੀ ਲੁਕਾਉਣ ਨੂੰ ਲੈ ਕੇ ਪੁਲਿਸ ਨੇ ਸੀਸੀਟੀਵੀ ਵੀਡੀਓ ਨਾਲ ਕੀਤੀ ਛੇੜਛਾੜ। ਅਮਿਤ ਸ਼ਾਹ ਵੱਲੋਂ ਕੀਤੀ ਗਈ ਅੰਮ੍ਰਿਤਸਰ ਵਿਖੇ ਰੈਲੀ ਭਾਸ਼ਣ 'ਚ ਸੁਖਬੀਰ ਬਾਦਲ ਰਹੇ ਗਾਇਬ ਅਤੇ ਬਾਦਲ ਦੇ ਦਿੱਤੇ ਗ੍ਰਿਫਤਾਰੀ ਤੇ ਬਿਆਨ ਨੂੰ ਔਜਲਾ ਨੇ ਦੱਸਿਆ ਨੌਟੰਕੀ। 14 अक्टूबर 2015 ਨੂੰ ਕੋਟਕਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਰੋਸ ਧਰਨੇ ਤੇ ਬੈਠੇ ਸਿੱਖਾਂ ਨੂੰ ਹਟਾਉਣ ਲਈ ਕਾਰਵਾਈ 'ਚ ਪੁਲਿਸ ਦੀਆਂ ਨਾਇਲੀਅਤ ਦੇ ਪਰਤ ਦਰ ਪਰਤ ਖੁਲਾਸੇ ਹੋ ਰਹੇ ਹਨ। ਪਹਿਲਾਂ ਸਵੈ ਸੁਰੱਖਿਆ ਸਬੂਤ ਤਿਆਰ ਕਰਨ ਲਈ SSP ਦੀ ਐਸਕੋਟ ਜਿਪਸੀ ਤੇ ਫਾਇਰਿੰਗ ਕਰਨ ਦੇ ਖੁਲਾਸੇ ਮਗਰੋਂ ਹੁਣ ਪਤਾ ਲੱਗਿਆ ਕਿ ਪੁਲਿਸ ਨੇ CCTV ਅਤੇ ਵੀਡੀਓਗ੍ਰਾਫੀ ਨਾਲ ਛੇੜਛਾੜ ਕੀਤੀ ਸੀ। ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਦੇ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਹਨ। SIT ਵੱਲੋਂ ਦਿੱਤੇ ਤਰਕ ਤੇ ਸਬੂਤਾਂ ਦੇ ਆਧਾਰ ਤੇ ਹੀ IG ਪਰਮਰਾਜ ਸਿੰਘ ਉਮਰਾ ਨੰਗਲ ਦਾ ਰਿਮਾਂਡ ਵਧਾਇਆ। ਸ਼ਨੀਵਾਰ ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਸਨਮੁਖ SIT ਨੇ ਭੇਦ ਖੋਲਿਆ ਕਿ ਸ਼ਾਂਤੀਪੂਰਵਕ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਤੇ ਬਿਨਾਂ ਉਕਸਾਹਟ ਤੇ ਗੋਲੀ ਚਲਾਉਣ ਦੀ ਘਟਨਾ ਨੂੰ ਲੁਕਾਉਣ ਲਈ ਮੁਜਰਮ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ਤੇ CCTV ਫੁਟੇਜ ਨੂੰ ਨੁਕਸਾਨ ਪਹੁੰਚਾਇਆ ਗਿਆ। ਕੋਟਕਪੂਰਾ ਦੇ ਮੁੱਖ ਚੌਂਕ ਤੇ ਲੱਗੇ CCTV ਕੈਮਰਿਆਂ 'ਚ 14 ਅਕਤੂਬਰ 2015 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਕੈਦ ਹੋਈ ਸੀ। SIT ਨੇ ਅਦਾਲਤ 'ਚ ਕੁਝ ਵੀਡੀਓ ਕਲਿੱਪਸ ਚਲਾਈਆਂ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਜ਼ੁਲਮ ਢਾਇਆ। ਕੋਟਕਪੂਰਾ ਧਰਨੇ ਦੀ ਵੀਡੀਓਗ੍ਰਾਫੀ ਕਰ ਰਹੇ ਕੈਮਰਾਮੈਨ ਨੇ ਵੀ SIT ਨੂੰ ਬਿਆਨ ਕੀਤਾ ਸੀ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਕਹਿਣ ਤੇ ਉਸ ਨੇ ਵੀਡੀਓ ਦੀ ਕਾਪੀ ਦਿੱਤੀ ਤੇ ਬਾਅਦ ਵਿੱਚ ਉਹਨਾਂ ਨੇ ਉਸ ਦੇ ਕੈਮਰੇ ਤੇ ਵੀਡੀਓ ਨਸ਼ਟ ਕਰਵਾ ਦਿੱਤੀ ਜਦਕਿ SIT ਦੇ ਦਾਅਵੇ ਦਾ ਵਿਰੋਧ ਕਰਦਿਆਂ ਉਮਰਾ ਨੰਗਲ ਦੇ ਵਕੀਲ ਨੇ ਵੀ ਅਦਾਲਤ 'ਚ ਇੱਕ ਹੋਰ ਵੀਡੀਓ ਚਲਾਈ। ਉਸ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਸਵੈ ਰੱਖਿਆ ਲਈ ਗੋਲੀਆਂ ਚਲਾਈਆਂ ਸਨ। ਵੀਡੀਓ ਦੇ ਆਧਾਰ ਤੇ ਵਕੀਲਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ ਧਾਰ ਹਥਿਆਰ ਸਨ। SIT ਨੇ ਮੁਜਰਮ ਦੇ ਵਕੀਲ ਦੇ ਵਿਰੋਧ ਵਿੱਚ ਦਾਅਵਾ ਕੀਤਾ ਕਿ ਗੋਲੀਆਂ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਘਟਨਾ ਹੋਣ ਮਗਰੋਂ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਤੋਂ ਇਸ ਸੰਬੰਧੀ ਜਬਰੀ ਇਜਾਜ਼ਤ ਲਈ ਅਤੇ ਮੈਜਿਸਟ੍ਰੇਟ ਦੇ ਇਸ ਬਾਬਤ ਇਕਬਾਲੀਆ ਬਿਆਨ SIT ਕੋਲ ਮੌਜੂਦ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਪਾਰਟੀ ਵਰਕਰਾਂ ਤੇ ਲੀਡਰਸ਼ਿਪ ਨਾਲ ਰੈਲੀ ਕੀਤੀ ਗਈ। ਅਮਿਤ ਸ਼ਾਹ ਦੀ ਇਸ ਰੈਲੀ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਜਿੱਥੇ ਸ਼ਾਹ ਨੇ ਸਾਬਕਾ ਅਕਾਲੀ ਭਾਜਪਾ ਸਰਕਾਰ ਦੀ ਉਪਲਬਧੀਆਂ ਗਿਣਵਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਹੇਲੇ ਗਾਏ, ਉੱਥੇ ਹੀ ਸ਼ਾਹ ਦੇ ਪੂਰੇ ਭਾਸ਼ਣ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਪੂਰੀ ਤਰ੍ਹਾਂ ਗਾਇਬ ਰਿਹਾ। ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਪੰਜਾਬ ਵਿੱਚ ਇਹ ਦੂਜੀ ਰੈਲੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਦਾਸਪੁਰ ਤੋਂ ਰੈਲੀ ਕਰਕੇ ਚੋਣ ਬਿਗੁਲ ਵਜਾਇਆ ਗਿਆ ਸੀ। ਭਾਵੇਂ ਰੈਲੀ ਸਿਰਫ ਭਾਜਪਾ ਦੀ ਸੀ ਅਤੇ ਇਸ ਵਿੱਚ ਕਿਸੇ ਵੀ ਅਕਾਲੀ ਲੀਡਰ ਨੇ ਸ਼ਮੂਲੀਅਤ ਨਹੀਂ ਕੀਤੀ, ਪਰ ਸ਼ਾਹ ਵੱਲੋਂ ਵਾਰ ਵਾਰ ਆਪਣੇ ਭਾਸ਼ਣ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੀਆਂ ਤਾਰੀਫਾਂ ਦੇ ਪੁਲ ਬੰਨੇ ਗਏ। ਉੱਥੇ ਹੀ ਪੂਰੇ ਭਾਸ਼ਣ ਦੇ ਵਿੱਚ ਸ਼ਾਹ ਨੇ ਇੱਕ ਵਾਰ ਵੀ ਸੁਖਬੀਰ ਬਾਦਲ ਦਾ ਜ਼ਿਕਰ ਤੱਕ ਨਹੀਂ ਕੀਤਾ। ਸ਼ਾਹ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਪੰਜਾਬ ਦਾ ਹਮੇਸ਼ਾ ਹੀ ਵਿਕਾਸ ਹੋਇਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਹੀ ਹਮੇਸ਼ਾ ਪੰਜਾਬ ਸੂਬੇ ਦੇ ਵਿਕਾਸ ਦੇ ਲਈ ਸਭ ਤੋਂ ਵੱਧ ਯੋਗਦਾਨ ਪਾਇਆ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਪ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ ਲੜੇਗਾ। ਉਹ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਭਾਣਜੀ ਦੇ ਵਿਆਹ ਮੌਕੇ ਨੂਰਪੁਰ ਬੇਦੀ ਵਿੱਚ ਇੱਕ ਸਮਾਗਮ ਦੌਰਾਨ ਗੱਲਬਾਤ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਤੋਂ ਭਾਜਪਾ ਦੀ MP ਕਿਰਨ ਖੇਰ ਤੇ ਵੱਡਾ ਹਮਲਾ ਬੋਲਿਆ। ਐਤਵਾਰ ਨੂੰ ਚੰਡੀਗੜ੍ਹ ਵਿੱਚ ਰੈਲੀ ਕਰਨ ਪੁੱਜੇ ਕੇਜਰੀਵਾਲ ਨੇ ਕਿਹਾ ਕਿ ਕਿਰਨ ਖੇਰ ਨੇ ਚੰਡੀਗੜ੍ਹ ਦੀ ਜਨਤਾ ਨਾਲ ਧੋਖਾ ਕੀਤਾ ਹੈ। ਕਿਰਨ ਖੇਰ ਚੰਡੀਗੜ੍ਹ 'ਚ ਘੱਟ ਅਤੇ ਮੁੰਬਈ 'ਚ ਵੱਧ ਨਜ਼ਰ ਆਉਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਕਿਰਨ ਖੇਰ ਨੇ MP ਬਣ ਕੇ ਸਿਰਫ ਸਟੇਟਸ ਲਈ ਹੀ ਕਮਾਇਆ ਹੈ, ਜਦਕਿ ਖੈਰ ਵੱਲੋਂ ਚੰਡੀਗੜ੍ਹ ਦੇ ਵਿਕਾਸ ਲਈ ਇੱਕ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਤੋਂ ਵੱਡੀ ਗੱਲ ਕੀ ਹੋਵੇਗੀ ਜਿਨ੍ਹਾਂ ਲੋਕਾਂ ਨੇ ਕਿਰਨ ਖੇਰ ਨੂੰ ਜਿਤਾਇਆ ਕਿ MP ਬਣਾਇਆ, ਉਹ ਉਹਨਾਂ ਨੂੰ ਸ਼ਕਲ ਤੱਕ ਨਹੀਂ ਦਿਖਾਉਂਦੇ, ਜਦਕਿ ਮੋਦੀ ਨੂੰ ਵੋਟ ਪਾ ਕੇ ਜਨਤਾ ਨੂੰ ਕੁਝ ਨਹੀਂ ਮਿਲਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਗ੍ਰਿਫਤਾਰੀ ਤੇ ਦਿੱਤੇ ਗਏ ਬਿਆਨ ਤੇ ਸਿਆਸਤ ਤੇਜ਼ ਹੋ ਗਈ ਹੈ।
ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਨੇ ਇਸ ਨੂੰ ਬਾਦਲ ਦੀ ਨੌਟੰਕੀ ਕਰਾਰ ਦਿੱਤਾ। ਔਜਲਾ ਨੇ ਕਿਹਾ ਕਿ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਪਹਿਲਾਂ ਦੇ ਅਤੇ ਹੁਣ ਦੇ ਪ੍ਰਕਾਸ਼ ਸਿੰਘ ਬਾਦਲ ਵਿੱਚ ਬਹੁਤ ਫਰਕ ਹੈ। ਉਹਨਾਂ ਕਿਹਾ ਕਿ ਪਹਿਲਾਂ ਬਾਦਲ ਹੁਕਮ ਦਿੰਦੇ ਸਨ ਅਤੇ ਹੁਣ ਲੋਕਾਂ ਦੇ ਤਰਲੇ ਕੱਢ ਰਹੇ ਹਨ। ਇਸੇ ਦੇ ਨਾਲ ਹੀ ਔਜਲਾ ਨੇ ਸਾਫ਼ ਕੀਤਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲੜਦੇ ਹਨ ਤਾਂ ਉਹਨਾਂ ਦਾ ਪੂਰਾ ਸਮਰਥਨ ਕਰਨਗੇ। ਇਸ ਦੌਰਾਨ ਔਜਲਾ ਨੇ ਕਿਹਾ ਕਿ ਸੁਲਤਾਨ ਵਿੰਡ ਇਲਾਕੇ ਵਿੱਚ ਹੋਏ ਕਿਸਾਨ ਘਪਲੇ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਜਿਹੜਾ ਕੋਈ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਬਿਲਕੁਲ ਕੈਪਟਨ ਸਾਹਿਬ ਦਾ ਇਹ ਸਹੀ ਗੱਲ ਹੈ ਕਿ ਇਹ ਨੌਟੰਕੀ ਕਰ ਰਹੇ ਨੇ, ਮੈਨੂੰ ਫੜ ਲਓ, ਜਦੋਂ ਫੜਨ ਦੀ ਲੋੜ ਪਈ ਜ਼ਰੂਰ ਫੜਿਆ ਜਾਏ ਕੋਈ, ਪਰ ਇਹ ਨੌਟੰਕੀ ਵਾਰ ਵਾਰ ਨਹੀਂ। ਉਹਨਾਂ ਨੂੰ ਪਤਾ ਹੈ ਕਿ ਮੈਂ ਸ਼ਾਇਦ ਆਪ ਜਾ ਕੇ ਬਹਿ ਜੂੰਗਾ, ਲੋਕ ਕਹਿੰਦੇ ਮਨ 'ਚ ਤੁਸੀਂ ਮੇਰੇ ਪ੍ਰਤੀ ਕੁਛ ਸਿਰਦਤਾ ਆਏਗੀ, ਕਿਉਂਕਿ ਅੱਜ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਚਿਹਰਾ, ਉਹਨਾਂ ਦਾ ਬੋਲਣ ਦਾ ਤਰੀਕਾ, ਬਹੁਤ ਸੀਨੀਅਰ ਨੇ ਸਾਡੇ, ਸਤਿਕਾਰਯੋਗ ਨੇ, ਪਰ ਉਹਨਾਂ ਦਾ ਤਰੀਕਾ ਦੇਖੋ ਕਿ ਜਿਵੇਂ ਸਾਰੇ ਪੰਜਾਬ ਦਾ ਤਰਲਾ ਲੈ ਰਹੇ ਹੋਣ ਕਿ ਮੈਨੂੰ ਫੜ ਲਓ, ਮੈਂ ਬਹੁਤ ਵਿਰਦੇ ਹਾਂ। ਇਹ ਜਦੋਂ ਸੀਐਮ ਸੀ ਅੱਜ ਤੋਂ 2 ਸਾਲ ਪਹਿਲਾਂ, ਉਦੋਂ ਦੀਆਂ ਤੁਸੀਂ ਵੀਡੀਓ ਦੇਖ ਲਓ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਹੋਣੀਆਂ ਨੇ। ਉਹਨਾਂ ਨੂੰ ਅੰਦਰਲਾ ਦਾ ਡਰਾਉਂਦਾ ਹੋਏਗਾ, ਪਰ ਜੇ ਉਹ ਗੁਨਾਹਗਾਰ ਨੇ ਤਾਂ ਉਹ ਜ਼ਰੂਰ ਅੰਦਰ ਹੋਣਗੇ। ਇਹਦੇ 'ਚ ਕੋਈ ਦੋਰਾ ਹੁਣ ਇਹ ਸਾਰੇ ਅੰਦਰ ਹੋਣੇ ਨੇ, ਸਿੱਟ ਨੇ ਜਿਹੜਾ ਕੰਮ ਕਰਨਾ ਕਾਨੂੰਨੀ ਤੌਰ 'ਤੇ ਉਹ ਕਰਨਾ ਹੀ ਕਰਨਾ ਆ, ਉੱਤੋਂ ਇਹ ਬਚੇ ਨਹੀਂ ਸਕਦੇ। ਜਿਹੜਾ ਵੀ ਕੋਈ ਸਬੂਤ ਆਇਆ ਉਹ ਖੰਗਾਲਣਾ ਖਲਣਾ ਖੰਗਾਲਣਾ, ਉਹ ਸਾਹਮਣੇ ਆਉਣਾ ਹੀ ਆਉਣਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੁੱਧਗ੍ਰਸਤ ਦੇਸ਼ ਸੀਰੀਆ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਉੱਥੇ ਘੱਟ ਗਿਣਤੀ ਵਿੱਚ ਫੌਜਾਂ ਨੂੰ ਰੱਖਣ ਦੇ ਆਪਣੇ ਫੈਸਲੇ ਦਾ ਬਚਾਵ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਦੇਸ਼ ਸੀਰੀਆ 'ਚ ਗਲਤ ਦਿਸ਼ਾ 'ਚ ਕੰਮ ਨਹੀਂ ਕਰ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਨੇ ਵੀਰਵਾਰ ਨੂੰ ਯੋਜਨਾ ਦੇ ਅਨੁਸਾਰ ਬਹੁਰਾਸ਼ਟਰੀ ਬਲ ਤਹਿਤ ਕਰੀਬ 200 ਅਮਰੀਕੀ ਫੌਜਾਂ ਨੂੰ ਸੀਰੀਆ 'ਚ ਰੱਖਣ ਦੀ ਸਹਿਮਤੀ ਜਤਾਈ ਹੈ ਜੋ ਉੱਤਰ ਪੂਰਬ ਸੀਰੀਆ 'ਚ ਇੱਕ ਸੁਰੱਖਿਆ ਖੇਤਰ ਬਣਾਏਗਾ। ਇਹ ਬਲਾਂ ਉਹਨਾਂ 200 ਫੌਜੀਆਂ ਤੋਂ ਵੱਖਰਾ ਹੋਵੇਗਾ ਜਿਨ੍ਹਾਂ ਨੂੰ ਅਮਰੀਕੀ ਸੀਰੀਆ 'ਚ ਫਿਲਹਾਲ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਟਰੰਪ ਨੇ ਸੀਰੀਆ ਤੋਂ 2500 ਤੋਂ ਜ਼ਿਆਦਾ ਫੌਜੀਆਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾਉਣ ਦੇ ਆਪਣੇ ਪਿਛਲੇ ਫੈਸਲੇ ਦੀ ਥਾਂ ਉੱਥੇ 200 ਅਮਰੀਕੀ ਫੌਜੀ ਨੂੰ ਰੱਖਣ ਦੇ ਆਪਣੇ ਫੈਸਲੇ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲ ਤੇ ਕਿਹਾ ਕਿ ਮੈਂ ਗਲਤ ਦਿਸ਼ਾ 'ਚ ਨਹੀਂ ਜਾ ਰਿਹਾ, ਮੈਂ ਕੁਝ ਅਜਿਹਾ ਕੀਤਾ ਹੈ ਜੋ ਹੋਰ ਕੋਈ ਨਹੀਂ ਕਰ ਸਕਿਆ। ਤੁਸੀਂ ਕੁਝ ਹੋਰ ਸਮਾਂ ਜਿਵੇਂ ਕੁਝ ਘੰਟਿਆਂ ਦੀ ਖਿਲਾਫਤ ਬਾਰੇ ਸੁਣੋਗੇ, ਉਸ ਨੂੰ 100% ਹਰਾ ਦਿੱਤਾ ਜਾਵੇਗਾ, ਇਹ ਕੋਈ ਹੋਰ ਨਹੀਂ ਕਰ ਸਕਿਆ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਹੁੰਦੇ ਹੋ ਆਗਿਆ, ਸਤਿ ਸ਼੍ਰੀ ਅਕਾਲ। ਆਪਣਾ ਪੰਜਾਬ ਮੀਡੀਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਲਈ ਆਪਾਂ ਨਾਮ ਦਾ ਪੋਰਟਲ ਲੈ ਕੇ ਆਇਆ ਹੈ ਜਿਸ ਤੇ ਤੁਸੀਂ ਫ੍ਰੀ ਮੈਂਬਰ ਬਣ ਸਕਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੀ ਹਰ ਖਬਰ ਤੋਂ ਜਾਣੂ ਹੋ ਸਕਦੇ ਹੋ। ਇਸੇ ਦੇ ਨਾਲ ਹੀ ਇਸ ਪਲੇਟਫਾਰਮ ਤੇ ਸੋਸ਼ਲ ਸਰਵਿਸ ਵੀ ਕੀਤੀ ਜਾਂਦੀ ਹੈ ਤੇ ਇਸ ਨੂੰ ਭਰਮਾ ਹੁੰਗਾਰਾ ਦਿਓ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਵੱਧ ਤੋਂ ਵੱਧ ਮੈਂਬਰ ਬਣੋ, ਕਿਉਂਕਿ ਇਸ ਦੇ ਮੈਂਬਰ ਤੁਹਾਨੂੰ ਬਿਲਕੁਲ ਹੀ ਫ੍ਰੀ ਬਣਾਇਆ ਜਾਏਗਾ। ਆਪਣਾ ਪੰਜਾਬ ਅਲਾਇੰਸ ਦੀ ਲੌਗਇਨ ਕਰੋ www.apnapunjaballiance.com ਤੇ।